ਆਵਾਜ਼ ਆ ਰਹੀ ਨਾ ਤੁਹਾਨੂੰ ਸਾਰਿਆਂ ਨੂੰ ਥੱਲੇ ਅਭੀ ਅਭੀ ਰਾਉਂਡ ਸੈਰੀ ਕਾ ਵਲੋਗ ਬਣਾ ਰਹੇ ਸੈਰੀ ਕਾ ਵਲੋਗ ਅਭੀ ਵੀ ਰਾਉਂਡ ਆਸ ਨਿਕਲਿਆ ਮੁਦਰੀ ਜਾ ਰਿਹਾ ਹਮ ਸਭ ਕੇ ਤੁਹਾਡੇ ਘਰ ਖੜੇ ਹੋਏ ਇੱਕ ਦੋ ਤਿੰਨ ਚਾਰ ਇਹ ਰੌਲਾ ਤੋਂ ਜਾ ਰਿਹਾ ਇਸਕੋ ਦੇਖੋ ਰੌਣ ਤੇ ਜਾ ਰਿਹਾ ਦੇਖੋ ਇਹ ਦੇਖੋ ਚਿੰਚੀ ਦੇ ਚਲਾ ਗਿਆ ਰੌਂਡ ਚਲਾ ਗਿਆ ਪੁਲ ਕੇ ਉੱਪਰ ਜਾ ਰਹੇ ਹਾਂ ਸਾਰੇ ਲੜਕੇ ਉਧਰ ਖੜੇ ਹੋਏ ਮੈਂ ਜਰਾ ਸਟੋਰੀ ਲਗਾਈ ਤੀ ਇਸ ਲਈ ਕਮਜ਼ੋਰ ਇਸਕਾ ਵੀ ਚੈਨਲ ਕਾ ਸਬਸਕ੍ਰਾਈਬ ਕਰੋ ਯਾਰ ਮੋਟਾ ਮੋਟੀ ਸਿਕਸ ਸਬਕੋ ਖਿਲਾ ਦੇਗੇ ਆਗੇ ਖੜੇ ਹੋ ਜਾਏਗੇ ਸਾਰਾ ਹਟਾ ਦੇ ਲੈ ਸੈਲੀ ਚਾਬੀਆਂ ਲਾ ਲੈਣੀ ਹੈ ਅਭੀ ਰੌਂਡ ਨਾ ਵਾਂ ਸੇ ਵੋ ਗੁਜ਼ਰਾ ਉਧਰ ਤੋਂ ਗਿਆ ਅਭੀ ਰੌਂਡ ਵਾਪਸ ਆ ਰਿਹਾ ਆਪਕੋ ਦਿਖਾਤੇ ਹੈ ਰੌਂਡ ਕਾ ਬੋਲ ਆ ਉਹ ਆਏ ਛੋਟਾ ਬੱਚਾ ਛੋਟਾ ਬੱਚਾ ਉਹ ਆ ਰਿਹਾ ਸ਼ਾਇਦ ਉਹ ਆ ਰਿਹਾ ਮੇਰਾ ਰੌਂਡ ਮੇਰਾ ਰੌਂਡ ਢੋਲ ਵਾਂ ਜਾ ਰਹੇ ਵੀਰ ਮਾਰੇ ਅਗਰਾ ਯਾਤਰਾ ਕਰਦਾ ਆ ਅਗਰਾ ਯੋ ਉਹ ਖਲੋਤੇ ਨੇ ਬੁੱਢੇ ਉਹ ਇੰਤਜ਼ਾਰ ਕਰ ਰਹੇ ਨੇ ਸਾਰਿਆਂ ਦਾ ਘਾਟਾ ਹੋ ਗਿਆ ਮੇਰਾ ਕਿਤੇ ਸੁਣੀ ਨਹੀਂ ਰੌਣ ਵੀ ਨੀਗਾ ਜਿੰਨੇ ਮੁੰਡੇ ਆਏ ਨੇ ਹੋਵੇ ਤੈਨੂੰ ਲੱਗਦਾ ਬੰਦਾ ਖਲੋਤਾ ਗੱਲ ਕਰੋ ਹੁਣ ਕੀ ਹੋਇਆ ਹਾਂਜੀ ਕਿਧਰ ਆਏ ਰੌਂਡ ਵੇਖਣ ਰੌਂਡ ਵੇਖਣ ਆਏ ਸਾਰੇ ਰੌਂਡ ਵੇਖਣ ਆਏ ਉਹ ਡਾਲਾ ਪੈ ਗਿਆ ਡਾਲਾ ਪੈ ਗਿਆ ਇੱਧਰ ਕਿੱਧਰ ਹੀ ਕਹਿੰਦੇ ਓਏ ਉਧਰ ਨੂੰ ਹੋ ਗਿਆ ਡਾਲਾ ਲਾ ਲਈ ਬੱਚਿਆਂ ਨੂੰ ਵੇਖ ਕੇ ਉਧਰ ਹੋ ਗਿਆ ਉਹ ਵੇਖੋ ਉਹ ਵੇਖੋ ਬੜੇ ਖਤਰੀ ਕਹਿੰਦੇ ਬਚ ਕੇ ਰਹਿਣਾ ਉਹਨਾਂ ਕੋਲ ਉਹ ਕਸਮੇ ਹੋਵੇ ਮੈਂ ਲਾਲ ਦੇ ਤਿੰਨ ਮੁੰਡੇ ਸੀ ਦੌੜ ਕੇ ਡਾਲਾ ਵੇਖ ਕੇ ਹੀ ਉਹ ਵੇਖੋ ਉਹ ਦੌੜ ਗਏ ਨੇ ਤਿੰਨ ਉਹ ਤਾਂ ਡਾਲਾ ਡੇਢ ਘੰਟੇ ਤੋਂ ਅਸੀਂ ਲੱਭਣੇ ਪਏ ਹਾਂ ਉਹ ਵੇਖੋ ਹੋ ਗਿਆ ਸ਼ਰੀਫ ਹੋ ਗਿਆ ਮੈਂ ਕਿਹਾ ਪਿਸਤੌਲਾਂ ਦੇ ਹੱਥ ਚੈੱਕ ਕਰੋ ਛੱਡ ਦਿੱਤੀ ਪੈਦਲ ਹੀ ਆਏ ਬਸ ਇੰਜੋਏ ਕਰਨੇ ਆਏ ਸਾਰੇ ਯਤੀ ਦੇ ਆਏ ਨੇ ਪੈਟਰੋਲ
ਯਾਰ ਕਸਮੇ ਖੁਦਾ ਦੀ ਅੱਡਾ ਡੜ ਪੋਖੜੇ ਯਾਰ ਅੱਡਾ ਡੜ ਪੋਖੜੇ ਯਾਰ ਛੋਟਾ ਮੈਂਬਰ ਵੇਖ ਲੋ ਪੰਜਵੇਂ ਮਹੱਲੇ ਸਾਡੇ ਤੋਂ ਨਸੇ ਆ ਵੇਖ ਲੋ ਮੋਟੇ ਸਪੈਰੋ ਨੂੰ ਅੱਡਾ ਡੜ ਪੋਖੜੇ ਲੱਗ ਜੀ ਦੀ ਤੁਸੀਂ ਵੇਖ ਲੋ ਛੋਪੀ ਸੀ ਇਹ ਮੰਨੋ ਨਾ ਮੰਨੋ ਟੋਪੀ ਚੱਕ ਕੇ ਆ ਦੀ ਆ ਚੈੱਕ ਕਰੋ ਟੋਪੀ ਕਿੰਨੇ ਪਾਈ ਵੇਖ ਲੋ ਟੱਟ ਪਿਆ ਮੈਂ ਕਿੰਨੇ ਪਾਈ ਟੋਪੀ ਚੱਕ ਕੇ ਆ ਦੀ ਕੈਸੇ ਟੋਪੀ ਪਾਈ ਟੋਪੀ ਪਾ ਕੇ ਟੋਪੀਆਂ ਪਾਤਾ ਲੋਕਾਂ ਨੂੰ ਟੋਪੀਆਂ ਲਵਾਉਣਾ ਲੈ ਗਿਆ ਟੋਪੀਆਂ ਪਾਉਣਾ ਲੈ ਗਿਆ ਯਾਰ ਦੀ ਬਦਲ ਯਾਰ ਦੀ ਜੀ ਹੋ ਗਈ ਜੁੜਿਆ ਨਾ ਬੰਦੇ ਚੁੱਲ ਪੈਣ ਲੱਗੀ ਆਦਰ ਅੱਲਾ ਇੱਕ ਹੋਗਾ ਅੱਲਾ ਇੱਕ ਹੋਗਾ ਚੁੱਲ ਪੈਣ ਲੱਗੀ ਆ ਨੂੰ ਝੂਟੇ ਮੈਂਬਰ ਨੂੰ ਤੇ ਆ ਨਾ ਪਟਾਕੇ ਪੈਣ ਗਏ ਚੜੋਲਾ ਹਾਂ ਇਹਨੂੰ ਵੱਡੀ ਚੁੱਲ ਪੈਣੀ ਆ ਵੱਡੀ ਉਹ ਜਾ ਰਿਹਾ ਰੌਂਡ ਹੋ ਗਿਆ ਚਲਾ ਗਿਆ ਵੇਖੋ ਮੈਂ ਵੇਖੋ ਤੁਹਾਡੇ ਵਾਸਤੇ ਕਿੱਧਰੋਂ ਕਿੱਧਰ ਆਇਆ ਵਾ ਸਹੀ ਹੈ ਨਾ ਆਵਾਮ ਚੈੱਕ ਕਰੋ ਤੁਸੀਂ ਆਵਾਮ ਆਵਾਮ ਚੈੱਕ ਕਰੋ ਅਸੀਂ ਖਾਸ ਰੌਣ ਦੇਖਣਾ ਸੀ ਆ ਵੀ ਰੌਣ ਸ਼ਹਿਰ ਤੇ ਉਹ ਵੇਖੋ ਤੁਸੀਂ ਚੈੱਕ ਕਰੋ ਵਾਲਾ ਜਾ ਕੋਣੀ ਹੈ ਯਾਰ ਤੁਸੀਂ ਸਭ ਤੋਂ ਜ਼ਿਆਦਾ ਕਮੈਂਟ ਕਰਨੇ ਨੇ ਸਾਰਿਆਂ ਨੇ ਸਾਰੇ ਜਿੰਨੇ ਵੇਖਣੇ ਨਾ ਸਾਰੇ ਸਾਡਾ ਬਲੌਗ ਸਾਰਿਆਂ ਨੇ ਕਮੈਂਟ ਕਰਨਾ ਕਿ ਸਪੈਰੋ ਬਈ ਤੁਸੀਂ ਫਿਰ ਇਹ ਯਾਦਗਾਰ ਦੇ ਰਿਹਾ ਕਰੋ ਮੁੰਡੇ ਨਾ ਕਿਉਂਕਿ ਮੈਂ ਨਾ ਸਿਰਫ ਯਾਦਗਾਰ ਦੇ ਵਿੱਚ ਹੀ ਹੱਥ ਲਿਆਓ ਵੀ ਕਹਿ ਰਹੇ ਮੈਂ ਕਦੀ ਨਾ ਹੁਣ ਰੋਣ 'ਤੇ ਨਹੀਂ ਜਾਣਾ ਕਦੀ ਮੈਂ ਤੁਹਾਨੂੰ ਕਹਿ ਰਿਹਾ ਸਪੈਰੋ ਬਾਈ ਨਾਲ ਕਮੈਂਟ ਕਰਨਾ ਸਪੈਰੋ ਬਾਈ ਤੁਸੀਂ ਯਾਦਗਾਰ ਦੇ ਉੱਤੇ ਰਿਹਾ ਕਰੋ ਤਾਂ ਕਿ ਮੈਂ ਤੁਹਾਡੇ ਵਾਸਤੇ ਬਲੌਗ ਬਣਾਇਆ ਕਰਾਂ ਬਾਕੀ ਉਹ ਵੇਖੋ ਸਸਤੇ ਵੀਲਰ ਆ ਕੀ ਹੋਇਆ ਉਹ ਦੌੜ ਕਹਿੰਦੇ ਸਾਰੇ ਇੱਧਰ ਸਾਰੇ ਦੌੜ ਚੈੱਕ ਕਰ ਸਹੀ ਹੈ ਯਾਰ ਅਸੀਂ ਬਲੌਗ ਖਤਮ ਕਰ ਰਹੇ ਹਾਂ ਤੁਸੀਂ ਤੁਹਾਡਾ ਕੰਮ ਹੋ ਵੇਖੋ ਇਹਨਾਂ ਨੇ ਖਤਮ ਐਂਡ ਨਹੀਂ ਹੋਣਾ ਅਸੀਂ ਤੇ ਖਤਮ ਕਰਤਾ ਹੁਣ ਦੌੜ ਚੈੱਕ ਕਰੋ ਸਾਰਿਆਂ ਕੌਣ ਆਈ ਅਸੀਂ ਤੇ ਤੁਸੀਂ ਚਾਹੁੰਦੇ ਹੋ ਤਾਂ ਫਿਰ ਕਮੈਂਟ ਤੇ ਦੱਸੋਗੇ ਕਮੈਂਟ ਯਾਦਗਾਰ ਦੇ ਪੁੱਲ ਦੇ ਉੱਤੇ ਸਿਰਫ ਰਹਿਣਾ ਕਰਨਾ ਕਿਉਂਕਿ ਮੈਂ ਉੱਧਰ ਹੀ ਹੋਇਆ ਕਰਾਂਗਾ ਮੈਂ ਉਹਦਾ ਬਲੌਗ ਤੁਹਾਡੇ ਵਾਸਤੇ ਬਲੌਗ ਬਣਾਇਆ ਕਰਾਂਗਾ ਹਾਂਜੀ ਅਸਲਾਮ ਵਾਲੇਕੁਮ ਯਾਰ ਆਪ ਸਭ ਕੋ ਮੈਨੇ ਕਿੰਨਾ ਕਹਾ ਤਾ ਕਮੈਂਟ ਮੈਂ ਇਹ ਕਹਿਣਾ ਕਿ ਸਪੈਰੋ ਬਾਈ ਆਪਨੇ ਸਿਰਫ ਯਾਦਗਾਰ ਕਾ ਰੌਣ ਲਗਾਇਆ ਕਰਨਾ ਤਾਂ ਕਿ ਹਮ ਵਹਾਂ ਆਏਗੇ ਆਪਸੇ ਮਿਲੇਗੇ ਇਹ ਵਗੈਰਾ ਯਾਰ ਮਲਾ ਕਰਨੇ ਕੇ ਬਜਾਏ ਉਨਕੋ ਰੌਣ ਕਾ ਕਹੀ ਜਾ ਰਹਾ ਹੈ ਤੋ ਆਇਆ ਨਹੀਂ ਥਾ ਆਇਆ ਮੈਨੇ ਲਗਾਇਆ ਲੇਕਿਨ ਦਿਲ ਨਹੀਂ ਕਰ ਰਿਹਾ ਯਾਰ ਉਹ ਹਿਸਾਬ ਨਹੀਂ ਹੈ ਅਬ ਦਿਲ ਨਹੀਂ ਕਰਤਾ ਇਤਨਾ ਪੁੱਛੋ ਉਧਰ ਨਿਕਲੇ ਹੋਏ ਤੇ ਤੋ ਮੈਂ ਹਮਨੇ ਕਿੱਦਾਂ ਇੰਤਜ਼ਾਰ ਕੀਆ ਉਧਰ ਪੁੱਲ ਕੇ ਨੀਚੇ ਖੜਾ ਹੋ ਗਏ ਅਗਰ ਅਗਲੇ ਤੁਹਾਡੇ ਕੋਲ ਨਿਕਾਲੇਂਗੇ ਨਾ ਤੋ ਹਮ ਉਧਰ ਹੀ ਹਮ ਖੜੇ ਹੋਗੇ ਸਭ ਬਈ ਕਮੈਂਟ ਮੇ ਲਾਜ਼ਮੀ ਕਹੋ ਕਿ ਉਧਰ ਹੀ ਆਣਾ ਆਪਣੇ ਉਧਰ ਹੀ ਚੱਕਰ ਲਗਾਉਣਾ ਤਾਂ ਕਿ ਹਮ ਮਿਲ ਵੀ ਸਕੇ ਬਤਾਓ ਉਧਰ ਆਓਗੇ ਯਾਰ ਆਇਆ ਥਾ ਮੈਂ ਲੇਕਿਨ ਯਾਰ ਪੁਲਿਸ ਵਾਲੇ ਹੀ ਬੜੇ ਥੇ ਫਾਇਦਾ ਨਹੀਂ ਥਾ ਕਿਆ ਫਾਇਦਾ ਥਾ ਰੌਣ ਮਾਰੇ ਆ ਲੇਕਿਨ ਉਸ ਟਾਈਮ ਆਪ ਨਹੀਂ ਥੇ ਇੱਕ ਆਦੇ ਹੀ ਰੌਣ ਮਾਰਿਆ ਠੀਕ ਹੈ ਨਾ ਆਪ ਹਮ ਨੈਕਸਟ ਵਲੌਗ ਹੈਵੀ ਬਣਾਏਂਗੇ ਉਧਰ ਹੀ ਪੁੱਲ ਕੇ ਉਧਰ ਆਣਾ ਆਪ ਸਭ ਪੁੱਲ ਕੇ ਨੀਚੇ ਸਾਰੇ ਵੀਡੀਓ ਵੀ ਬਣਾਏਂਗੇ ਜਿਸ ਭਾਈ ਨੇ ਆਉਣਾ ਹੋਗਾ ਆ ਜਾਣਾ ਤੋ ਹਮ ਇਹ ਵਾਲਾ ਵਲੌਗ ਖਤਮ ਕਰ ਰਹੇ ਆਪ ਨੈਕਸਟ ਵਲੌਗ ਕਾ ਇੰਤਜ਼ਾਰ ਕਰੋ ਠੀਕ ਹੈ ਓਕੇ ਲਵ ਯੂ